अजे बीते दिन गुरदासपुर च 4 साल बच्ची नाल दुष्कर्म होने का मामला ठंडा नहीं होया, सगो अजिहा एक होर मामला हलका करतारपुर के पिंड पचरंगा तो सामने आया, जिथे हवस के दरिंदिया ने 15 साल की लड़की नाल गैंगरेप किया। इस मौके पीड़िता की माता ने दसिया कि उन्होंने लड़की नाल दे घर गई सी पर वापस नहीं आई। जब उन्होंने पाल की तो पता लग गया कि 3-4 मुंडिया ने उन्होंने लड़की नाल गलत काम किए ने। दसिया कि लड़की की हालत अजिही सी कि उसके उपर मोटरसाइकिल डिग्गिया होया ते उसके सिर ते काफ़ी सट्टा लगियां होईयां सन। आंटी दस दियो कि किवें इह जिहड़ा वाकई होया। ਹਾਂਜੀ ਜਿੱਦਾਂ ਰਾਤ ਨੂੰ 8:30 ਦਾ ਟਾਈਮ ਸੀਗਾ ਅਤੇ ਨਾਲ ਦੇ ਘਰ ਪਾਣੀ ਲੈ ਕੇ ਗਈ ਆ ਕੁੜੀ, ਮੁੜ ਕੇ ਜੀ ਇਹ ਆਈ ਹੈ ਕਿ ਸਾਨੂੰ ਤਾਂ 7:15 ਮਿੰਟਾਂ ਵਾਲਾ ਪਤਾ ਲੱਗਿਆ ਅਤੇ ਅਸੀਂ ਫਿਰ ਇਹਨੂੰ ਦੇਖਣ ਲੱਗ ਪਏ ਆਲੇ ਦੁਆਲੇ ਸਾਰੇ। ਜਦੋਂ ਅਸੀਂ ਸਾਨੂੰ ਨਹੀਂ ਲੱਭੀ ਹੈਗੀ, ਸਾਡੇ ਘਰ ਦੇ ਪਾਪਾ ਜੀ ਸਾਡੇ ਸਹੁਰਾ ਮੇਰਾ ਉਹ ਗਏ, ਚਾਚਾ ਸਾਡਾ ਗਿਆ ਨਾ, ਇਹ ਜਾ ਕੇ ਜਿੱਥੇ ਸਕੂਲ ਇਹਨਾਂ ਦਾ ਨਾ ਉੱਧਰੋਂ ਜਾ ਕੇ ਗਾਂ ਪਿੰਡ ਵਾਸਤੇ ਕਦੋਂ ਉੱਥੋਂ ਸਾਨੂੰ ਮਿਲ ਗਿਆ। ਬੱਚੀ ਦੀ ਕੀ ਉਮਰ ਹੈ ਅਤੇ ਕਿੰਨੀ ਕਲਾਸ 'ਚ ਪੜ੍ਹਦੀ ਸੀ? 15 ਸਾਲ 10ਵੀਂ 'ਚ ਪੜ੍ਹਦੀ ਸੀ। ਅਤੇ ਲੜਕਾ ਕਿੱਥੋਂ ਰਹਿਣ ਵਾਲਾ? ਲੜਕਾ ਸ਼ਰਤ। ਉਹ ਤਾਂ ਇਹਦੇ ਨਾਲ ਹੀ ਪੜ੍ਹਦਾ ਸੀ? ਹਾਂਜੀ ਉਹ ਪੜ੍ਹਦਾ ਤਾਂ ਸਕੂਲ ਹੀ ਸੀਗਾ, ਉਹ ਜਾਣ ਕੇ ਸਕੂਲ ਪੜ੍ਹਦਾ ਨਹੀਂ ਸੀ। ਅਤੇ ਕੰਸਰਨ ਕਿੱਦਾਂ ਹੋਇਆ ਕੁੜੀ ਦਾ ਮੁੰਡੇ ਦਾ? ਹਾਂਜੀ ਮੁੰਡੇ ਨਾਲ ਮਿਲਿਆ ਕਿੱਦਾਂ ਹੈ? ਮੇਰੇ ਸਾਨੂੰ ਨਹੀਂ ਹੋਣਾ ਸਸਤਾ ਮੁੰਡਾ ਦੇਖਿਆ, ਵਰੀ ਸ਼ਬਦ ਮੁੰਡੇ ਦੇਖ ਕਿਹੜਾ ਕਿਹੜਾ ਨਹੀਂ ਸੀ। ਇੱਕ ਮੁੰਡੇ ਦੁਆਰਾ ਕੀਤਾ? ਇੱਕ ਮੁੰਡੇ ਦਾ ਕੰਮ ਨਹੀਂ, ਇਹ 3-4 ਮੁੰਡਿਆਂ ਦਾ, ਸਾਨੂੰ ਹੋਰ ਪਤਾ ਨਹੀਂ ਹੈਗਾ, ਅਸੀਂ ਕਿਹੜਾ ਦੇਖ ਕੇ। ਤੁਹਾਨੂੰ ਸ਼ੱਕ ਹੈ? ਹਾਂਜੀ ਸਾਨੂੰ ਸ਼ੱਕ। ਅਤੇ ਪੁਲਿਸ ਜਦੋਂ ਤੁਹਾਨੂੰ ਫਿਰ ਲੜਕੀ ਕਿਵੇਂ ਕਿਹੜੇ ਹਾਲਾਤ 'ਚ ਮਿਲੀ? ਸਾਨੂੰ ਜਿੱਦਾਂ ਮੋਟਰਸਾਈਕਲ ਦੇ ਉੱਪਰ ਡਿੱਗਿਆ ਹੋਇਆ ਸੀ ਲੜਕੀ ਦੇ, ਸਿਰ 'ਚ ਸੱਟਾਂ ਮਾਰੀਆਂ ਹੋਈਆਂ ਆ, ਤਾਂ ਨੀਲ ਅਤੇ ਮੂੰਹ ਸਾਰੇ ਪੈ ਗਏ। ਕਿੱਥੇ ਕਰਕੇ ਮਿਲੀ ਸੀ ਲੜਕੀ? ਇਹ ਸਿੰਘਪੁਰ ਦੇ ਕੋਲ ਮਿਲੀ ਸੀ। ਅਤੇ ਪੁਲਿਸ ਨੂੰ, ਪੁਲਿਸ ਜਿਹੜੀ ਹੈ ਇਸ ਵਕਤ ਮੋਬਾਈਲ ਵੀ ਮਿਲਿਆ, ਮੋਟਰਸਾਈਕਲ ਵੀ ਮਿਲਿਆ, ਉਹਦਾ ਨੰਬਰ ਪਲੇਟ ਹੈ ਲੜਕੇ ਦਾ? ਹਾਂਜੀ। ਆਰੋਪੀਆਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ? ਹਾਂਜੀ। ਇਸ ਮਾਮਲੇ ਸੰਬੰਧੀ ਡਾਕਟਰ ਨੇ ਕਿਹਾ ਕਿ ਜਿਸ ਹਾਲਤ ਵਿੱਚ ਉਹਨਾਂ ਕੋਲ ਬੱਚੇ ਨੂੰ ਲਿਆਂਦਾ ਗਿਆ ਸੀ ਤਾਂ ਉਸਦੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ, ਲੇਕਿਨ ਅੱਗੇ ਨਾਲੋਂ ਬੱਚੇ ਦੀ ਹਾਲਤ ਕਾਫ਼ੀ ਬਿਹਤਰ ਹੈ। ਸਾਡੇ ਕੋਲ ਜੀ ਬੱਚਾ 2 ਦਿਨ ਪਹਿਲੇ ਆਇਆ, ਇਹਦੀ ਬ੍ਰੇਨ 'ਚ ਸੱਟ ਹੈ ਅਤੇ ਨਾਲ ਇਹਦਾ ਸੱਜਾ ਹੰਸ ਟੁੱਟਿਆ ਹੋਇਆ, ਅਸੀਂ ਉਸੇ ਚੀਜ਼ ਦਾ ਇਲਾਜ ਕਰ ਰਹੇ ਹਾਂ। ਦੱਸਿਆ ਜਾ ਰਿਹਾ ਕਿ ਕੁੜੀ ਨਾਲ ਜਿਹੜਾ ਜਬਰਨ ਜਨਾਹ ਕੀਤਾ ਗਿਆ ਹੈ? ਦੇਖੋ ਇਸ ਬਾਰੇ ਅਸੀਂ ਕੁਛ ਨਹੀਂ ਕਹਿੰਦੇ, ਪੁਲਿਸ ਦਾ ਕੰਮ ਹੈ, ਪੁਲਿਸ ਦੀ ਸ਼ਨਾਖਤ ਕਰਨੀ, ਅਸੀਂ ਤਾਂ ਸਿਰਫ ਇਲਾਜ ਬਾਰੇ ਤੁਹਾਨੂੰ ਦੱਸ ਸਕਦੇ, ਉਹਦੇ ਬਾਰੇ ਕੋਈ ਜਾਣਨ ਦਿੰਦੇ ਪੁੱਛੋ। ਬੱਚੀ ਦੀ ਕੀ ਹਾਲਤ ਹੈ ਇਸ ਵਕਤ? ਅੱਗੇ ਨਾਲੋਂ ਬੈਟਰ ਹੈ। ਇਸ ਮੌਕੇ ਨਾਬਾਲਿਗ ਬੱਚੀ ਦਾ ਹਾਲ ਜਾਣਨ ਪਹੁੰਚੇ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਢਿੱਲ ਵਰਤੀ ਜਾ ਰਹੀ ਹੈ। ਇਹ ਨਾਬਾਲਿਗ ਬੱਚੀ ਸੀ ਆਪਣੇ ਪਚੰਗਾ ਪਿੰਡ ਤੋਂ ਦੀ, ਕੁਛ ਜਿਹੜੇ ਬੰਦੇ ਸੀ ਅਨਨੋਨ, ਉਹਨਾਂ ਨੇ ਇੱਕ ਬੰਦਾ ਉੱਥੇ 22ਵੀਂ ਸੀਗਾ, ਉਹਨਾਂ ਨੇ ਇਹਨੂੰ ਮੋਟਰਸਾਈਕਲ ਤੋਂ ਚੁੱਕ ਕੇ ਲੈ ਕੇ ਕਿਤੇ ਥੋੜ੍ਹੇ ਦਾ ਦੂਰ ਜਾ ਕੇ, ਫਿਰ ਇਹਨਾਂ ਦੇ ਪੇਰੈਂਟਸ ਨੇ ਮੁਤਾਸਰ ਕੀਤੀ, ਇਹ ਲੱਭਦੇ ਰਹੇ ਅਤੇ ਰੋਡ ਦੇ ਉੱਤੋਂ ਮਿਲੀ। ਫਿਰ ਇਹਨਾਂ ਨੇ ਮੋਟਰਸਾਈਕਲ 'ਤੇ ਇੱਕ ਮੋਬਾਈਲ ਫੋਨ ਸੀਗਾ, ਉਹ ਪੁਲਿਸ ਨੂੰ SHO ਭੋਗਪੁਰ ਨੂੰ ਦੇ ਦਿੱਤਾ। ਫਿਰ ਪੁਲਿਸ ਨੇ ਇਹਦੇ 'ਚ ਕਾਰਵਾਈ ਕੀਤੀ, ਪਰਚਾ ਦਰਜ ਕੀਤਾ, ਲੇਕਿਨ ਉਹਦੇ ਵਿੱਚ ਜਿਹੜੀ ਪੁਲਿਸ ਵੱਲੋਂ ਬਹੁਤ ਵੱਡੀ ਜਿਹੜੀ ਢਿੱਲ ਹੋਈ ਹੈ ਕਿ ਉਹਨਾਂ ਨੇ ਨਾ ਤਾਂ 2 ਦਿਨ ਪਹਿਲਾਂ ਇਸ ਦੇ ਖਿਲਾਫ਼ ਪਰਚਾ ਹੀ ਇਮੀਡੀਏਟਲੀ ਕੀਤਾ, ਨਾ ਹੀ ਦੋਸ਼ੀਆਂ ਨੂੰ ਫੜਨ ਦਾ ਯਤਨ ਕੀਤਾ। ਹੁਣ ਜਦੋਂ ਰਾਤ 'ਚ ਅਨੁਪਾਲ IG ਸਾਹਿਬ ਦੇ IG ਜੋਨ ਹੈ, ਜਦੋਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਅਸੀਂ ਮਿਲੇ, ਉਹਨਾਂ ਨੂੰ ਦੱਸਿਆ ਵੀ ਆਹ ਹਾਲਾਤ ਆ, ਨਾਬਾਲਗ ਬੱਚੀ ਹੈ, ਉਹਦੇ ਨਾਲ ਰੇਪ ਹੋਇਆ, ਗਰੀਬ ਪਰਿਵਾਰ ਦੀ ਲੜਕੀ ਹੈ। ਅਤੇ ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਕਿ ਉਹਨਾਂ ਨੇ ਪਰਿਵਾਰ ਇਹ ਗੱਲ ਕਰ ਰਿਹਾ ਸੀ ਕਿ ਉਹਦੇ ਨਾਲ ਰੇਪ ਹੋਇਆ, ਲੇਕਿਨ ਉਹਦੇ ਵਿੱਚ ਹਜੇ ਮੈਡੀਕਲ ਜਿਹੜਾ ਟੈਸਟ ਜਾਂ ਉਹਦਾ ਚੈੱਕਅਪ ਹੋਣਾ ਉਹ ਬਾਕੀ ਹੈ, ਕਿਉਂਕਿ ਉਹ ਲੜਕੀ ਹਜੇ ਅਨਕੌਂਸ਼ੀਅਸ ਹੈ। ਸਾਂਝ ਟੀਵੀ ਲਈ ਰਵੀ ਗਿੱਲ ਦੀ ਰਿਪੋਰਟ। ਮਰਦਾਨਾ ਕਮਜ਼ੋਰੀ ਦੂਰ ਕਰਨ ਦੇ ਮਾਹਿਰ, ਤਾਕਤ, ਜੋਸ਼ ਅਤੇ ਜਵਾਨੀ ਦੀ ਆਖਰੀ ਉਮੀਦ, ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ? ਅਨੇਕ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਹੋ, ਨਿਰਾਸ਼ ਹੋ ਚੁੱਕੇ ਹੋ, ਪਰੇਸ਼ਾਨ ਰੋਗੀ ਅੱਜ ਹੀ ਸੰਪਰਕ ਕਰਨ, ਉਮਰ ਹੋਵੇ 25 ਜਾਂ 80, ਹੁਣ ਹੋਵੇਗਾ ਪੱਕਾ ਇਲਾਜ, ਦਰ ਦਰ ਨਾ ਭਟਕੋ। ਕਾਂਤ, ਸ਼ਿਗਰ ਪਤਨ, ਘੱਟ ਸ਼ਕਰਾਣੂ, ਸੁਪਨ ਦੋਸ਼, ਨਾਮਰਦੀ, ਮਰਦਾਨਾ ਕਮਜ਼ੋਰੀ, ਇੱਕ ਵਾਰ ਜ਼ਰੂਰ ਅਜ਼ਮਾਓ, ਮੈਂ ਵਾਅਦਾ ਕਰਦਾ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਵਰਮਾ ਦਵਾਖਾਨਾ, ਨੀਅਰ ਨਾਈਆਂ ਵਾਲਾ ਚੌਂਕ, ਫਗਵਾੜਾ, ਮੋਬਾਈਲ ਨੰਬਰ 9850 6446, 98147, 98147,